ਬਾਈਕ ਤੇ ਸਵਾਰ ਮਾਮੇ ਭਾਣਜੇ ਦਾ ਭਿਆਨਕ ਸੜਕੀ ਹਾਦਸਾ ਹੋਇਆ। ਦੱਸ ਦਈਏ ਕਿ ਕੈਂਟਰ ਦੇ ਨਾਲ ਇਹਨਾਂ ਦਾ ਮੋਟਰਸਾਈਕਲ ਟਕਰਾ ਗਿਆ। ਮੌਕੇ ਤੇ ਮਾਮੇ ਦੀ ਤਾਂ ਮੌਤ ਹੋ ਗਈ ਜਦਕਿ ਭਾਣਜਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ। ਕੈਂਟਰ ਦੇ ਡਰਾਈਵਰ ਨੇ ਖੁਦ ਦੋਵਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਜਿੱਥੇ ਮਾਮੇ ਨੇ ਦਮ ਤੋੜ ਦਿੱਤਾ। ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪਰਿਵਾਰਕ ਮੈਂਬਰ ਨੇ ਧਾਹਾਂ ਮਾਰ ਮਾਰ ਕੇ ਰੋ ਰਹੇ ਨੇ ਔਰ ਭਿਆਨਕ ਸੜਕੀ ਹਾਦਸੇ ਦੇ ਵਿੱਚ ਬਾਈਕ ਬੁਰੀ ਤਰ੍ਹਾਂ ਚੱਕਣਾ ਚੂਰ ਹੋ ਗਿਆ। ਅੰਬੋਹਰ ਦੇ ਸੀਤੋ ਬਾਈਪਾਸ ਤੇ ਇਹ ਭਿਆਨਕ ਸੜਕੀ ਹਾਦਸਾ ਹੋਇਆ। ਡਰਾਈਵਰ ਦੇ ਦੱਸਣ ਮੁਤਾਬਿਕ ਮੋਟਰਸਾਈਕਲ ਤੇਜ਼ ਸੀ ਤੇ ਕੈਂਟਰ ਦੇ ਪਿਛਲੇ ਟਾਇਰ ਦੇ ਕੋਲ ਸਿੱਧਾ ਆ ਕੇ ਵੱਜਿਆ ਜਿਸ ਦੇ ਨਾਲ ਇਹ ਭਿਆਨਕ ਸੜਕੀ ਹਾਦਸਾ ਹੋਇਆ। ਉਸਨੇ ਦੱਸਿਆ ਕਿ ਉਹ ਹਿਮਾਚਲ ਦੇ ਮੰਡੀ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਔਰ ਜੰਮੂ ਤੋਂ ਆਇਆ ਸੀ ਜਿਸ ਨੇ ਸੀਤੋ ਜਾਣਾ ਸੀ। ਰਸਤੇ ਦੇ ਵਿੱਚ ਮਾਮਾ ਭਾਣਜਾ ਬਾਈਕ ਤੇ ਸਵਾਰ ਹੋ ਕੇ ਜਾ ਰਹੇ ਸੀ। ਰਫਤਾਰ ਕਾਫੀ ਤੇਜ਼ ਸੀ ਤਾਂ ਕੈਂਟਰ ਦੇ ਪਿਛਲੇ ਟਾਇਰ ਦੇ ਵਿੱਚ ਇਹਨਾਂ ਦਾ ਮੋਟਰਸਾਈਕਲ ਵੱਜਿਆ ਜਿਸ ਦੇ ਨਾਲ ਇਹ ਭਿਆਨਕ ਸੜਕੀ ਹਾਦਸਾ ਹੋਇਆ। ਦੋਵਾਂ ਨੂੰ ਹਸਪੀਟਲ ਦੇ ਵਿੱਚ ਲਿਆਂਦਾ ਗਿਆ। ਮਾਮੇ ਦੀ ਮੌਕੇ ਤੇ ਹੀ ਮੌਤ ਹੋ ਗਈ। ਭਾਣਜੇ ਨੂੰ ਅੱਗੇ ਰੈਫਰ ਕੀਤਾ ਗਿਆ। ਮੈਂ ਮਤਲਬ ਜੰਮੂ ਸੇ ਆਇਆ ਹੂੰ, ਮੈਨੇ ਮਤਲਬ ਸੀਤੋ ਜਾਣਾ ਥਾ ਔਰ ਜੈਸੇ ਮਤਲਬ ਜੋ ਸੀਤੋ ਕਾ ਬਾਈਪਾਸ ਹੈ ਨਾ, ਮਤਲਬ ਵਹਾਂ ਪੇ ਨੀਚੇ ਮਤਲਬ ਫਲਾਈ ਓਵਰ ਕੇ ਨੀਚੇ ਕੱਟ ਨਹੀਂ ਹੈ, ਜਬ ਪਰ ਐਸੇ ਆਤੇ ਹੈ ਤਾਂ ਮਤਲਬ ਵਹਾਂ ਪੇ ਮੈਨੇ ਉੱਪਰ ਸੇ ਆਇਆ, ਮਤਲਬ ਮੈਨੇ ਸਾਈਡ ਮੇ ਸਾਈਡ ਕੇ ਲਈ ਇੰਡੀਕੇਟਰ ਦੇ ਦਿਆ ਔਰ ਤੋ ਮਤਲਬ ਮੇਰੇ ਸੇ ਪਿੱਛੇ ਇੱਕ ਗਾੜੀ ਔਰ ਸੀ, ਉਹਨੇ ਐਸਾ ਬੋਲਾ ਜੀ ਇਹ ਜੋ ਬਾਈਕ ਵਾਲਾ ਹੈ ਮੇਰੇ ਸੇ ਵੀ ਪਾਸ ਕਰਕੇ ਮਤਲਬ ਬੰਦਾ 80 ਜਾਂ 90 ਕੀ ਸਪੀਡ ਮੇ ਚਲਾਇਆ ਹੁਣ ਔਰ ਮੈਂ ਮਤਲਬ ਆਗੇ ਮਤਲਬ ਮੈਨੇ ਗਾੜੀ ਪੂਰੀ ਕੰਟਰੋਲ ਕਰਤੀ, ਮੈਨੇ ਇੰਡੀਕੇਟਰ ਦੇ ਦਿਆ, ਪਿੱਛੇ ਸੇ ਮਤਲਬ ਇਤਨੀ ਸਪੀਡ ਮੈਂ ਆਇਆ ਹੁਆ ਨਾ, ਬਹੁਤ ਜ਼ਿਆਦਾ ਸਪੀਡ ਮੈਂ ਆਇਆ ਔਰ ਬੰਦਾ ਸਿੱਧਾ ਮੇਰੇ ਮਤਲਬ ਜਹਾਂ ਪਿਛਲਾ ਟਾਇਰ ਹੈ ਨਾ ਕਨੈਕਟਰ ਸਾਈਡ ਦਾ ਟਾਇਰ ਹੈ ਵਹਾਂ ਪੇ ਵਜਾ, ਬੰਦਾ ਮਤਲਬ ਬਾਈਕ ਵਹਾਂ ਪੇ ਲੱਗੀ ਔਰ ਮੇਰੇ ਕੋ ਖੁਦ ਨਹੀਂ ਪਤਾ ਕਹਾਂ ਕੇ ਰਹਿਣੇ ਵਾਲੇ, ਬਸ ਮੈਂ ਚਾਹਤਾ ਹੂੰ ਬਸ ਕਿ ਬੰਦੇ ਕੀ ਜਾਨ ਬਚੇ ਬਸ ਔਰ ਕੁਛ ਨਹੀਂ। ਮੈਂ ਆਪ ਦੇਖ ਲਓ ਵਹਾਂ ਦੇ ਸਿੱਧੋ ਰੋਡ ਪੇ ਮਤਲਬ ਐਕਸੀਡੈਂਟ ਹੁਆ, ਮੈਂ ਯਹਾਂ ਪੇ ਹੋਸਪਿਟਲ ਲੈ ਕੇ ਬੰਦੇ ਕੋ ਲੈ ਕੇ ਆਇਆ, ਮੇਰੀ ਕੈਂਟਰ ਸੇ ਲੈ ਕੇ ਮਤਲਬ ਮੇਰੀ ਕੈਂਟਰ ਕੇ ਸਾਥ ਹੁਆ, ਮਤਲਬ ਖੁਦ ਪਿੱਛੇ ਸੇ ਆ ਕੇ ਮਤਲਬ ਮੇਰੀ ਕੈਂਟਰ ਮੇ ਬਚ ਗਏ। ਇਹ ਸੁਨੀਲ ਤੇ ਅਰੁਣ ਦੋ ਸੀਗੇ ਪੇਸ਼ੈਂਟ, ਇਹਨਾਂ ਦਾ ਕਿ ਮੋਟਰਸਾਈਕਲ 'ਤੇ ਜਾ ਰਹੇ ਸੀਗੇ ਅਤੇ ਟਰੱਕ ਵਿੱਚ ਇਹਨਾਂ ਦਾ ਐਕਸੀਡੈਂਟ ਹੋ ਗਿਆ ਸੀਤੋ ਬਾਈਪਾਸ ਚੌਂਕ 'ਤੇ, ਅਤੇ ਜਿਹਨਾਂ ਵਿੱਚੋਂ ਕਿ ਅਰੁਣ ਨੂੰ ਤਾਂ ਰੈਫਰ ਹੋ ਗਿਆ, ਦੋਨੋਂ ਰੈਫਰ ਕੀਤਾ ਸੀ, ਪਰ ਸੁਨੀਲ ਦੀ ਡੈਥ ਹੋ ਗਈ। ਆਪ ਪੁਲਿਸ ਨੂੰ ਅਸੀਂ ਇਨਫੋਰਮ ਕਰਤਾ ਹੈ। ਇਹਨਾਂ ਨਹੀਂ ਪਤਾ ਕਿੱਥੋਂ ਜਾਈਏ, ਉਹਨਾਂ ਨੂੰ ਫੋਨ ਦੇ ਲੋਕ ਲੱਗੇ ਹੋਏ ਆ ਅਤੇ ਕੈਂਟਰ ਦਾ ਤਾਂ ਮੋਟਰਸਾਈਕਲ ਦਾ ਐਕਸੀਡੈਂਟ ਹੋਇਆ ਅਤੇ ਦੋ ਜਣੇ ਫੱਟੜ, ਮੈਨੂੰ ਕਿਸੇ ਦਾ ਫੋਨ ਆਇਆ, ਮੈਂ ਉੱਧਰ ਹੀ ਹੈਗਾ ਸੀ, ਐਂਬੂਲੈਂਸ ਲੈ ਕੇ ਗਿਆ ਤਾਂ ਦੋਵਾਂ ਚੱਕ ਕੇ ਸਿਵਲ ਹੋਸਪਿਟਲ ਲੈ ਗਏ, ਅਜੇ ਤੱਕ ਕੋਈ ਪਤਾ ਨਹੀਂ ਕਿੱਥੋਂ ਦੇ ਫੋਨ। ਬਹੁਤ ਗੰਭੀਰ ਹਾਲਤ ਹੈਗੀ ਆ ਅਤੇ ਸੀਰੀਅਸ ਹੀ ਹੈਗੇ ਆ, ਦੋਵਾਂ ਦੇ ਸਿਰ ਪਾਟੇ ਹੋਏ ਆ।